ਮਾਮਲਾ ਬਣਾਉਣੇ ਵੀੜੇ ਨਹੀਂ ਹੋਣੇ ਇਹ ਤਾਂ ਇਹ ਸੋਚਣਾ ਪੈਣਾ ਪੰਜਾਬ ਤਾਂ ਬਚੂਗਾ ਕਿਉਂ ਆਪਾਂ ਬਾਰ ਬਾਰ ਕਹਿੰਦੇ ਪੰਜਾਬ ਦੀ ਹੋਣ ਦੀ ਲੜਾਈ ਹੈ ਸਾਡੀ ਸਾਡੇ ਵਜੂਦ ਦੀ ਲੜਾਈ ਹੈ ਕਿਉਂ ਹੈ ਕਿਉਂਕਿ ਆਰਐਸਐਸ ਜਿਹੜੀ ਹੈਗੀ ਬੀਜੇਪੀ ਜਿਹੜੀ ਹੈਗੀ ਉਹਦੀ ਵਿਚਾਰਧਾਰਾ ਇਹ ਨਹੀਂ ਕਿ ਤੁਹਾਨੂੰ ਸਿੱਧਾ ਮਾਰਨਾ ਹੈ ਸਿੱਧਾ ਨਹੀਂ ਮਾਰਨਾ ਅਗਲੇ ਨੇ ਸਿੱਧਾ ਮਾਰ ਮਾਰ ਕੇ ਅਗਲੇ ਨੇ ਦੇਖ ਲਿਆ ਉਹ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ ਜਿਵੇਂ ਜਿਵੇਂ ਸਾਨੂੰ ਵੱਢਿਆ ਟੁੱਕਿਆ ਕੱਟਿਆ ਗਿਆ ਚਾਹੇ ਮੁਗਲ ਹੋਣ ਚਾਹੇ ਅੰਗਰੇਜ਼ ਹੋਣ ਅਸੀਂ ਦੁੱਗਣੇ ਚੌਗਣੇ ਹੋ ਕੇ ਉੱਠ ਕੇ ਨਿਕਲੇ ਆ ਉਹਨਾਂ ਘੱਲੂਘਾਰਿਆਂ ਦੇ ਵਿੱਚੋਂ ਪਰ ਹੁਣ ਸਾਨੂੰ ਜਿਵੇਂ ਖਤਮ ਕੀਤਾ ਜਾ ਰਿਹਾ ਸਾਡੀਆਂ ਜੜਾਂ ਦੇ ਦਾਤੀ ਪਾ ਜਿਹੜੇ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਯਾਦ ਰੱਖਿਓ ਜਿਵੇਂ ਪਹਿਲਾਂ ਬੋਲਿਆ ਕਿ ਸਾਡੇ ਹਾਲਾਤ ਕਸ਼ਮੀਰ ਵਾਲੇ ਹੋਣੇ ਨੇ ਕਸ਼ਮੀਰ ਤੋਂ ਵੀ ਭੈੜੇ ਹੋਣੇ ਨੇ ਜਿਹੜੀਆਂ ਆਵਾਜ਼ਾਂ ਅੱਜ ਬੁਲੰਦ ਹੁੰਦੀਆਂ ਨੇ ਜਿਹੜੀਆਂ ਆਵਾਜ਼ਾਂ ਅੱਜ ਬੋਲਦੀਆਂ ਨੇ ਜਿਹੜੀਆਂ ਆਵਾਜ਼ਾਂ ਅੱਜ ਆਪਣੇ ਲੋਕਾਂ ਨੂੰ ਜਾਗਰੂਕ ਕਰਦੀਆਂ ਨੇ ਉਹ ਆਵਾਜ਼ਾਂ ਨੂੰ ਦੱਬਣਾ ਇਹਨਾਂ ਨੇ 26 ਤਰੀਕ ਨੂੰ ਮੇਰਾ ਵੀਰ ਆਪਾਂ ਜਾਣਾ ਦਿੱਲੀ 26-27 ਨੂੰ ਟਰੈਕਟਰ ਟਰਾਲੀਆਂ ਅਤੇ ਆਪਣੀਆਂ ਦੋ ਦੋ ਟਰਾਲੀਆਂ ਵਿੱਚ ਰਾਸ਼ਨ ਵਿੱਚ ਜਿਹੜੇ ਲੀੜੇ ਕੱਪੜੇ ਆ ਬਿਸਤਰੇ ਸਾਰਾ ਕੁਝ ਵਿੱਚ ਹੀ ਵੀ ਹੋ ਸਕਦਾ ਆਪਾਂ ਨੂੰ 2 ਮਹੀਨੇ 4 ਮਹੀਨੇ 6 ਮਹੀਨੇ ਉੱਥੇ ਲਾਉਣੇ ਪੈਣ ਤਾਂ ਮੋਰਚਾ ਪੱਕਾ ਲਾਉਣਾ ਹੀ ਪੈਣਾ ਕਿੰਨਾ ਚਿਰ ਬਚਦੇ ਰਹਾਂਗੇ ਐਂ ਬਚ ਬਚਾ ਕੇ ਗੱਲਾਂ ਹੋਣੀਆਂ ਨਹੀਂ ਕਾਨੂੰਨ ਬੜੇ ਖਤਰਨਾਕ ਹੋਰ ਆਉਣੇ ਨੇ ਬਿਜਲੀ ਵਾਲਾ ਹਾਲੇ ਤਿਆਰ ਹੋ ਰੱਖੀ ਬੈਠੇ ਆ ਪਾਣੀ ਸਾਡਾ ਮੋੜ ਕੇ ਹਿਮਾਚਲ ਦੇ ਵਿੱਚੋਂ ਉਹ ਹੋਰਨਾਂ ਸੂਬਿਆਂ ਨੂੰ ਲਿਜਾਣ ਨੂੰ ਤਿਆਰ ਹੋਏ ਬੈਠੇ ਆ ਤਾਂ ਇਹ ਇਹ ਹਮਲੇ ਸਾਡੇ 'ਤੇ ਹੋਰ ਹਲੇ ਤੇਜ਼ ਹੋਣੇ ਆ ਇਹ ਭੁੱਲ ਜਾਓ ਵੀ ਇੱਕ ਵਾਰੀ ਅਸੀਂ ਆਹ ਕਰਾ ਕੇ ਕਿਸਾਨੀ ਵਾਲਾ ਜਿਹੜਾ ਹੈਗਾ ਕਾਨੂੰਨ ਇਹਨੂੰ ਵਾਪਸ ਕਰਾ ਕੇ ਅਤੇ ਸਾਨੂੰ ਕੋਈ ਮਾੜੀ ਮੋਟੀ ਰਾਹਤ ਮਿਲ ਜਾਣੀ ਆ ਰਾਹਤ ਨਹੀਂ ਮਿਲਣੀ ਜਿਹੜੇ ਮੈਦਾਨਾਂ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਕੁੱਦੀਆਂ ਨੇ ਉਹ ਮੈਦਾਨ ਹਮੇਸ਼ਾ ਅਸੀਂ ਫਤਿਹ ਕੀਤੇ ਨੇ ਤਾਂ ਉਹਦੇ ਫਿਰ ਉਹ ਨਾਰਾ ਜ਼ਰੂਰ ਚਾਉਣਾ ਲਾਉਣਾ ਵੀ ਬੱਚਾ ਬੱਚਾ ਝੋਕ ਦਿਆਂਗੇ ਜ਼ਮੀਨਾਂ 'ਤੇ ਕਬਜ਼ਾ ਰੋਕ ਦਿਆਂਗੇ ਹੁਣ ਬੱਚਾ ਬੱਚਾ ਝੋਕ ਦਿਆਂਗੇ ਪੰਜਾਬ 'ਤੇ ਕਬਜ਼ਾ ਰੋਕ ਦਿਆਂਗੇ ਹੁਣ ਇਹ ਪੰਜਾਬ 'ਤੇ ਕਬਜ਼ਾ ਨਹੀਂ ਅਸੀਂ ਹੋਣ ਦੇਣਾ ਚਾਹੇ ਸਿਰ ਧੜਦੀ ਲਾਉਣੀ ਪੈ ਜਾਵੇ ਇੱਕ ਤਾਂ ਦੁਨੀਆ ਦਾ ਰੱਬ ਜਿਹੜਾ ਹੈਗਾ ਉਹ ਫਰਿੱਜ 'ਚ ਲੱਗਿਆ ਹੋਇਆ ਉਹ ਕਿਹੜਾ ਨੂਰਮਹਿਲ ਵਾਲਾ ਹੈ ਨਾ ਲੱਗਿਆ ਵਾ ਨਾ ਕਈ ਸਾਲ ਹੋ ਗਏ ਉਹਨੂੰ ਫਰਿੱਜ 'ਚ ਹੀ ਰੱਖੀ ਬੈਠੇ ਆ ਦੱਸੋ ਕਮਾਲ ਦਾ ਯਾਰ ਇੱਥੋਂ ਹਿਸਾਬ ਕਿਤਾਬ ਹੈ ਇਸ ਮੁਲਕ ਦਾ ਨਾ ਕੋਈ ਸਰਕਾਰ ਇਸ ਗੱਲ 'ਤੇ ਹੁਣ ਤਰਜੀਹ ਦਿੰਦੀ ਆ ਵੀ ਭਾਈ ਕੱਢ ਕੇ ਫੂਕ ਦਿਓ ਇਹ ਜੋ ਹੁਣ ਹੈ ਕੀ ਆ ਉਹ 4-5 ਸਾਲ ਦਾ ਫਰਿੱਜ ਲੱਗਿਆ ਹੋਇਆ ਇੱਕ ਰੱਬ ਹੈ ਇੱਕ ਰੱਬ ਉੱਧਰ ਸਰਸੇ ਵਾਲਾ ਕਹਿੰਦੇ ਜੇਲ੍ਹ 'ਚ ਬੈਠਾ ਹੈ ਇੱਕ ਰੱਬ ਕਹਿੰਦੇ ਆ ਵਕੀਲ ਭਾਲਦਾ ਫਿਰਦਾ ਜਿਹੜਾ ਬਿਆਸ ਵਾਲਾ ਹੈ ਇਹ ਜ਼ਮੀਨਾਂ ਜਮੂਨਾਂ ਇੱਥੇ ਕਹਿੰਦੇ ਖਾਸੀਆਂ ਦੱਬੀਆਂ ਕੇਸ ਕੂਸ ਦੇ ਕਈ ਚੱਲਦੇ ਆ ਇੱਕ ਹੋਣਾ ਰੱਬ ਤੁਹਾਡੇ ਨੇੜੇ ਵਾਲਾ ਜਿਹੜਾ ਘਾਲਾ ਇਹ ਵੀ ਆਪਦੇ ਹੁਣ ਭਾਣਜੇ ਨੂੰ ਛੁਡਾਉਣ ਦੀ ਕੋਸ਼ਿਸ਼ ਕਰੂਗਾ ਕਦੇ ਪੈਰਾਂ ਪੂਰਾਂ 'ਚ ਡਿੱਗੂਗਾ ਜਾ ਕੇ ਅਤੇ ਸਾਡੀ ਦੁਨੀਆ ਨੂੰ ਆ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਤੁਹਾਡੇ ਬਣਾਏ ਹੋਏ ਰੱਬ ਨੇ ਜਿਹੜੇ ਆ ਜਿਹੜੇ ਬਾਬੇ ਸਾਧ ਜਿਹੜੇ ਆ ਲਾਣਾ ਜਿਹੜਾ ਠੱਗਾਂ ਦਾ ਇਹ ਕੋਈ ਜੇਲ੍ਹਾਂ 'ਚ ਬੈਠਾ ਕੋਈ ਫਰਿੱਜਾਂ 'ਚ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਇਹਨਾਂ ਨੂੰ ਭੱਜ ਡੱਪੀ ਪਈ ਹੈ ਉਹ ਤੁਸੀਂ ਇਹਨਾਂ ਲੋਕੋ ਕੀ ਭਾਲਦੇ ਇਹਨਾਂ ਲੋਕਾਂ ਕੋਲੋਂ ਯਾਰ ਕੋਈ ਅਮਲ ਹੋ ਰਿਹਾ ਕਿ ਇਕੱਲੀਆਂ ਗੱਲਾਂ ਸੁਣ ਕੇ ਬਸ ਹੱਸ ਜੇ ਛੱਡਦੇ ਹੋ ਮੇਰੇ ਬੇਬੇ ਸਰਪੰਚ ਬਣ ਗਈ ਤੇ ਕੰਮ ਕਾਰ ਮੈਂ ਦੇਖਦਾ ਸੀਗਾ ਪਿੰਡ ਦੇ ਅਤੇ ਮੇਰੇ ਪਿੰਡ ਦੇ ਵਿੱਚ ਸਿਵਿਆਂ ਦੇ ਵਿੱਚ ਨਾ ਬਹੁਤ ਐਡੀਆਂ ਐਡੀਆਂ ਮੱਠੀਆਂ ਜੀਆਂ ਬਣਾਈਆਂ ਹੋਈਆਂ ਅਤੇ ਮੈਂ ਸਾਰੀਆਂ ਇਕੱਠੀਆਂ ਕਰਕੇ ਕੜਾਹ ਪਾ ਕੇ ਅਤੇ ਸਾਰੀਆਂ ਇਕੱਠੀਆਂ ਕਰਕੇ ਉਟਾਤੀਆਂ ਲੋਕਾਂ ਨੇ ਇਤਰਾਜ਼ ਕੀਤਾ ਵੀ ਯਾਰ ਤੂੰ ਕੀ ਕੰਮ ਕੀਤਾ ਮੈਂ ਇਹਦੇ ਫਾਇਦਾ ਕੀ ਹੈ ਬੰਦਾ ਫੂਕਣ ਨੂੰ ਥਾਂ ਨਹੀਂ ਹੈਗਾ ਤੁਸੀਂ ਸਾਰੇ 4 ਸਪਰੇ ਸਿਵਿਆਂ ਦੇ ਆਹ ਮੱਠੀਆਂ ਜੀਆਂ ਬਣਾਤੀਆਂ ਕੁਦਰਤੀ ਕੀ ਹੋਇਆ ਕਿ ਉਦੋਂ ਹਫ਼ਤੇ ਕੁ ਬਾਅਦ ਮੇਰੇ ਗੋਲੀਆਂ ਬਚ ਜਾਂਦੀਆਂ ਨੇ ਅਤੇ ਮੈਂ DMC ਦਾਖਲ ਹੋ ਜਾਂਦਾ ਅਤੇ ਮੇਰੀ ਬੇਬੇ ਕੋਲ ਮੇਰੇ ਪਿੰਡ ਦੀਆਂ ਸਾਰੀਆਂ ਬੁੜੀਆਂ ਪਤਾ ਲੈਣ ਆਉਂਦੀਆਂ ਨੇ ਤਾਂ ਮੇਰੀ ਬੇਬੇ ਨੂੰ ਕਹਿੰਦੀਆਂ ਲੈ ਦੇਖ ਲਾ ਲੱਖੇ ਨੇ ਮੜੀਆਂ ਢਾਂਗਾਂ ਸੀ ਸਾਡੀਆਂ ਮੱਟੀਆਂ ਤਾਂ ਆਹ ਕੁਛ ਹੋ ਗਿਆ ਮੈਂ ਜ਼ਿਆਦਾ ਤਾਂ ਵਾ ਇਸ ਗੱਲ 'ਤੇ ਤਾਂ ਰੱਖ ਰਿਹਾ ਕਿ ਮਾੜਾ ਮੋਟਾ ਮੈਂ ਚੱਕਰ 'ਚ ਆਇਆ ਅਤੇ ਆਲੇ ਦੁਆਲੇ ਥੋੜ੍ਹਾ ਇੱਕ ਵਧਣੀ ਵਾਲਾ ਇੱਥੇ ਨੇੜੇ ਬਾਬਾ ਉਹ ਫਿਰ ਪਿਛਲੇ ਸਾਲ ਪਤਾ ਨਹੀਂ ਜ਼ਮੀਨ ਹੀ ਦੱਬਣ ਲੱਗ ਗਿਆ ਕਿਸੇ ਦੀ ਹੁਣ ਹੱਸ ਪਏ ਪਤਾ ਨਹੀਂ ਬੜਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ 26-27 ਤਰੀਕ ਨੂੰ ਪੰਜਾਬ ਦੀਆਂ ਵੱਖ ਵੱਖ ਸਾਂ ਜਥੇਬੰਦੀਆਂ ਵੱਲੋਂ ਵੱਡੇ ਇਕੱਠ ਨੇ ਜਿਹੜੇ ਉਹ ਜਾਣੇ ਆ ਦਿੱਲੀ ਦੇਖੀ ਜਾਂ ਧਨੇਰ ਸਾਹਿਬ ਨੇ ਦੱਸਿਆ ਕਿ ਜਿਵੇਂ ਜਿੱਥੇ ਭਾਈ ਉਹਨਾਂ ਨੇ ਰੋਕ ਲਏ ਫਿਰ ਉੱਥੇ ਡੇਰੇ ਲਾ ਲੈਣੇ ਆ ਉੱਥੇ ਜਾਮ ਹੋ ਜਾਣਗੀਆਂ ਸੜਕਾਂ ਅਤੇ ਉਦੇ ਮੇਰਾ ਵੀ ਰਾਇ ਨਾ ਹੋਵੇ ਚੱਕਰ ਵਾਲਿਓ ਵੀ ਯਾਰ ਛੱਡ ਪਰੇ ਅਸੀਂ ਕੀ ਲੈਣਾ ਕੋਈ ਗੱਲ ਨਹੀਂ ਹੈ ਪਹਿਲਾਂ ਕਿਹਾ ਫੈਲ ਵਾਲਾ ਕੰਮ ਜਾਣਾ ਹੋ ਜੇ ਜਾਂ ਬੇਬੇ ਕਹਦੇ ਪੁੱਤ ਤੂੰ ਇਕੱਲਾ ਇਕੱਲਾ ਕੀ ਕਰੇਗਾ ਇਹੋ ਜਿਹੇ ਹਾਲਾਤ ਨਾ ਮੇਰਾ ਵੀਰ ਬਣ ਜਾਣ ਤਾਂ ਉੱਥੇ ਵੱਡੀ ਗਿਣਤੀ ਸਾਡੀ ਹੋਣੀ ਚਾਹੀਦੀ ਹੈ ਦਾਦੂ ਦੁਨੀਆ ਬਾਬਰੀ ਮੜੀਆਂ ਪੂਜਣ ਊਤ ਜਿਹੜੇ ਜਹਾਨੋਂ ਲੱਦ ਗਏ ਉਹਨਾਂ ਕੀ ਦੇਣੇ ਪੂਤ ਛੋਟੀ ਜਿਹੀ ਅਸੀਂ ਮੱਠੀ ਬਣਾ ਲੈਂਦੇ ਹਾਂ 4 ਕਿੱਟਾਂ ਦੀ ਦੱਸੋ ਉਹਦੇ 'ਚ ਸਾਡਾ ਬਾਬਾ ਵੜ ਕੇ ਰਹਿ ਸਕਦਾ ਫਿਰ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਅਸੀਂ ਬਾਬੇ ਨਾਨਕ ਦੇ ਸਿੱਖ ਹੈ
ਅਸੀਂ ਵੱਖਰੇ ਆ, ਸਾਡੀ ਅਡਰੀ ਪਹਿਚਾਨ ਹੈ, ਸਾਡੀ ਵਿਚਾਰਧਾਰਾ ਵੱਖਰੀ ਆ। ਤਾਂ ਤੁਸੀਂ ਮੈਨੂੰ ਇਹ ਦੱਸੋ ਫਿਰ, ਜਦੋਂ ਅਸੀਂ ਇਹੀ ਕੁਛ ਕਰਨਾ, ਆ ਡੇਰਿਆਂ 'ਚ ਜਾਣਾ, ਸਾਧਾਂ ਕੋਲ ਜਾਣਾ, ਮੜੀਆਂ ਪੂਜਣੀਆਂ, ਧਾਗੇ ਤਵੀਤਾਂ ਵਾਲਿਆਂ ਕੋਲ ਜਾਣਾ, ਤਾਂ ਸਾਡੀ ਵੱਖਰੀ ਪਹਿਚਾਨ ਕਿਹੜੀ ਆ ਯਾਰ? ਅਸੀਂ ਕਿੱਥੋਂ ਫਿਰ, ਅਸੀਂ ਗੁਰੂ ਨਾਨਕ ਦੇਵ ਦੇ ਪੁੱਤ ਹਾਂ, ਕਿਹੜੇ ਪਾਸਿਓਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ? ਇਹ ਇੱਥੇ ਤੁਹਾਡੇ ਆ ਬਾਬਾ ਘਾਲਾ, ਆ ਨਾਨਕਸਰ ਵਾਲਾ ਇੱਥੇ ਨੇੜੇ ਰਹਿੰਦਾ ਨਾ ਬਾਬਾ ਘਾਲਾ, ਉਹਦਾ ਭਾਣਜਾ ਫੜਿਆ ਗਿਆ ਹੁਣ ਚਿੱਟੇ ਦੇ ਵਿੱਚ, 26 ਕਿਲੋ ਹੈਰੋਇਨ ਫੜੀ ਗਈ ਹੈ, ਅਤੇ ਉਹ ਬਾਬੇ ਘਾਲੇ ਦੇ ਸੈਕਟਰੀ ਦੇ ਘਰੋਂ ਲੈ ਕੇ ਗਈ ਫੜ ਕੇ ਪੁਲਿਸ ਉਹਦੇ ਭਾਣਜੇ ਨੂੰ, STF ਵਾਲੇ, ਅਤੇ ਰਾਹ ਦੇ ਵਿੱਚ ਜਾਂਦੇ ਜਾਂਦੇ ਜਿਹੜਾ ਸੈਕਟਰੀ ਸੀ ਉਹਨੂੰ ਬੱਚੀ ਉੱਥੇ ਛੱਡ ਕੇ ਤਾਰ ਗਏ। ਹੁਣ ਜਿਹੜੀਆਂ ਤਾਰਾਂ ਜੁੜੀਆਂ ਹੋਈਆਂ ਨੇ, ਅੱਗੇ ਆਪਾਂ ਕਹਿੰਦੇ ਸੀ ਗੱਠਜੋੜ ਹੈ ਸਿਆਸੀ ਸਮਗਲਰ ਅਤੇ ਪੁਲਿਸ ਦਾ ਗੱਠਜੋੜ, ਆਪਾਂ ਮੰਨਦੇ ਸੀ ਕਿ ਨਸ਼ੇ ਨੂੰ, ਚਿੱਟੇ ਨੂੰ ਜਾਂ ਜਿੰਨਾ ਵੀ ਕ੍ਰਾਈਮ ਜੁਰਮ ਹੁੰਦਾ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦਾ ਹੱਥ ਰਿਹਾ। ਹੁਣ ਚੌਥੇ ਆਹ ਜੁੜ ਗਏ ਬਾਬੇ, ਆ ਚਿੱਟੀ ਸਿਉਂਖ ਵਾਲੇ, ਆ ਚੋਲਿਆਂ ਵਾਲੇ। ਉੱਥੇ ਮੈਂ ਮੁੱਲਾਪੁਰ ਦਾਖਾ ਬੋਲਦਾ ਸੀ, ਇੱਕ ਤੁਹਾਡੇ ਇੱਥੇ ਲੋਪੋ ਦਾ ਬਾਬਾ, ਮੈਂ ਤਾਂ ਜਾਣਦਾ ਨਹੀਂ ਹਾਂ, ਉਹ ਵੀ ਉੱਥੇ ਆ ਗਿਆ। ਉਹ ਗੱਲ ਆਹੀ ਬਾਬਿਆਂ ਦੇ ਚੱਲ ਰਹੀ ਸੀ, ਡੇਰਿਆਂ ਦੇ ਚੱਲ ਰਹੀ ਸੀ, ਤਾਂ ਉਹਨੂੰ ਬੜਾ ਦੁੱਖ ਲੱਗਿਆ। ਮੈਂ ਉਹਦੇ ਬਾਰੇ ਬਾਅਦ 'ਚ ਪਤਾ ਕੀਤਾ, 21 ਕਿੱਲੇ ਜ਼ਮੀਨ ਵੀ ਦੱਬੀ ਬੈਠਾ। ਆ ਤੁਹਾਡੇ ਪਿੰਡ ਚੱਕਰ ਵੀ ਇੱਕ ਬਾਬਾ ਦੱਬੀ ਬੈਠਾ ਹੈ ਨਾ, ਦੱਬੀ ਬੈਠਾ ਨਾ ਜ਼ਮੀਨ ਹੈਗਾ। ਹਾਂ, ਪੜੌਦੀ, ਪਤਾ ਨਹੀਂ ਪੜੌਦੀ ਵਾਲਾ ਕਿਹੜਾ ਬਾਬਾ ਉਹ, ਹੈ ਹਾਂ, ਉਹ ਇਹੀ ਹੁੰਦਾ। ਅਸੀਂ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਪਨਾਹ ਦਿੰਦੇ ਹਾਂ, ਤਾਂ ਪਨਾਹ ਕੀ ਦਿੰਦੇ ਹਾਂ ਫਿਰ? ਸਾਡੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਵੀ ਇਹ ਖੇਡਦੇ ਨੇ ਲੋਕ ਆ ਕੇ, ਸਾਡੀਆਂ ਜ਼ਮੀਨਾਂ ਵੀ ਦੱਬਦੇ ਨੇ, ਯਾਸ਼ੀਆਂ ਕਰਦੇ ਨੇ, ਠਾਠ ਵਾਲੀ ਜ਼ਿੰਦਗੀ ਜਿਉਂਦੇ ਨੇ। ਤਾਂ ਹੁਣ ਇੱਕ ਲਹਿਰ ਸਾਨੂੰ ਆ ਬਾਬਾਬਾਦ ਆ ਡੇਰਾਬਾਦ ਦੇ ਖਿਲਾਫ ਵੀ ਚਲਾਉਣੀ ਪੈਣੀ ਹੈ। ਤਾਂ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਜਾਂ, ਜਾਂਦਾ ਜਾਂਦਾ ਮੈਨੂੰ ਕਈ ਵਾਰੀ ਇਹ ਦੇਖਣ ਦੇ ਵਿੱਚ ਮਹਿਸੂਸ ਹੁੰਦਾ ਕਿ ਯਾਰ ਅਸੀਂ ਰਾਜ ਭਾਗ ਦੇ ਮਾਲਕ, ਤਾਜਾਂ ਤਖਤਾਂ ਦੇ ਮਾਲਕ, ਅੱਜ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ? ਉਹ ਕਿਉਂ ਸਾਡੀ ਇਸ ਤਰ੍ਹਾਂ ਦੀ ਮਾਨਸਿਕਤਾ ਬਣ ਗਈ? ਪਿੱਛੇ ਜੇ ਨਾ ਇੱਕ ਸੈਂਟਰ ਸਰਕਾਰ ਵੱਲੋਂ ਇੱਕ ਸਕੀਮ ਇਹਨਾਂ ਨੇ ਕੱਢੀ ਸੀਗੀ, ਇੱਕ ਨੀਤੀ ਤਿਆਰ ਕੀਤੀ ਸੀ ਕਿ ਕਰੋਨੇ ਦੇ ਕਰਕੇ ਜਿਹੜੀ ਸਾਡੀ ਪੜ੍ਹਾਈ ਆ, ਸਿੱਖਿਆ ਜਿਹੜੀ, ਉਹਦੇ ਵਿੱਚੋਂ 30% ਜਿਹੜੀ ਕਟੌਤੀ ਕੀਤੀ ਜਾਊਗੀ, 30% ਘੱਟ ਕੀਤਾ ਜਾਊਗਾ ਜਿਹੜਾ ਸਾਡਾ ਸਿਲੇਬਸ ਹੈ। ਤਾਂ ਸਿਲੇਬਸ ਦੇ ਵਿੱਚ ਉਹਨਾਂ ਨੇ ਕਟੌਤੀ ਦੀ ਆੜ ਦੇ ਵਿੱਚ ਕਰੋਨੇ ਦਾ ਬਹਾਨਾ ਲਾ ਕੇ ਜਿੰਨਾ ਸਿੱਖ ਇਤਿਹਾਸ ਹੈ, ਅੰਗਰੇਜ਼ੀ ਦੀਆਂ ਕਿਤਾਬਾਂ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਪਾਠ ਕੱਢ ਦਿੱਤਾ ਗਿਆ। ਇਹ ਕਿਉਂ ਹੋ ਰਿਹਾ? ਸਾਡੀ ਮੈਂ ਜਵਾਨੀ ਨੂੰ ਗੱਲ ਕਰਦਾ ਹੁੰਦਾ ਕਿ ਅਸੀਂ ਕਿਉਂ ਇਸ ਤਰ੍ਹਾਂ ਸਾਨੂੰ ਬਣਾਇਆ ਗਿਆ, ਕਿਉਂਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਉਹਦੇ ਇਤਿਹਾਸ ਨਾਲੋਂ ਤੋੜ ਦਿਓ। ਆ ਲਲਤੋਂ ਪਿੰਡ ਇੱਕ ਦਿਨ ਪੱਤਰਕਾਰ ਚਲੇ ਗਏ, ਮੈਂ ਦੇਖ ਰਿਹਾ ਸੀਗਾ, ਲਲਤੋਂ ਪਿੰਡ ਜਿਹੜਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ, ਕਈ ਗਦਰੀ ਸ਼ਹੀਦ ਉੱਥੇ ਹੋਏ ਨੇ, ਯੋਧੇ ਹੋਏ ਨੇ ਲਲਤੋਂ ਪਿੰਡ ਦੇ। ਪੱਤਰਕਾਰ ਜਾ ਕੇ ਪਿੰਡ ਦੇ ਵਿੱਚੋਂ ਨੌਜਵਾਨਾਂ ਨੂੰ ਲਲਤੋਂ ਪਿੰਡ ਦੇ ਪੈਦਾ ਹੋਏ ਯੋਧਿਆਂ ਬਾਰੇ ਪੁੱਛਦਾ, ਉਹਨਾਂ ਨੌਜਵਾਨਾਂ ਨੂੰ ਕੋਈ ਪਤਾ ਨਹੀਂ ਹੈ ਕੌਣ ਬੰਦਾ ਸਿੰਘ ਬਹਾਦਰ, ਕੌਣ ਹਰੀ ਸਿੰਘ ਨਲੂਆ ਜਿਹਨੇ ਐਡਾ ਰਾਜ ਸਥਾਪਿਤ ਕੀਤਾ, ਕਿਵੇਂ ਮਹਾਰਾਜਾ ਰਣਜੀਤ ਸਿੰਘ 40 ਸਾਲ ਇੱਥੇ ਬਹੁਤ ਵਧੀਆ ਇੱਕ ਦੁਨੀਆ ਦਾ ਲਾਮਿਸ਼ਾਲ ਰਾਜ ਦੇ ਕੇ ਗਿਆ, ਕਿਵੇਂ, ਕੌਣ ਨੇ ਬੋਤਾ ਸਿੰਘ ਗਰਜਾ ਸਿੰਘ, ਕੌਣ ਆ ਸੁੱਖਾ ਸਿੰਘ ਮਹਿਤਾਬ ਸਿੰਘ, ਇਹ ਇਤਿਹਾਸ ਦੇ ਵਿੱਚੋਂ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ, ਜਾਂ ਇਤਿਹਾਸ ਸਾਨੂੰ ਪੜ੍ਹਾਇਆ ਜਾ ਰਿਹਾ। ਪਿੱਛੇ ਜੇ 12ਵੀਂ ਕਿਤਾਬ ਦਾ ਰੌਲਾ ਪਿਆ ਇਤਿਹਾਸ ਦੀ, ਦਾ ਉਹਦੇ 'ਚ ਕੀ ਦਿਖਾਇਆ ਗਿਆ, ਆ ਸਖੀ ਸਰਵਰ ਕੋਈ ਲੱਖਾਂ ਦਾ ਦਾਤਾ ਵੱਜਦਾ ਪੀਰ ਹੈ ਕੋਈ, ਉਹਦੀ ਹਿਸਟਰੀ ਪੜ੍ਹਾਉਣ ਲੱਗ ਗਏ ਕਿਤਾਬਾਂ ਦੇ ਵਿੱਚ ਸਾਨੂੰ। ਦੇਖੋ ਇੱਕ ਗੱਲ ਧਿਆਨ ਰੱਖਿਓ ਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਹੁੰਦਾ ਤਾਂ ਉਹਦੀ ਕੌਮ ਨੂੰ ਉਹਦੇ ਇਤਿਹਾਸ ਨਾਲੋਂ ਤੋੜ ਦਿਓ, ਉਹਦੀ ਬੋਲੀ ਨਾਲੋਂ ਤੋੜ ਦਿਓ, ਉਹਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਖੋਲੋ, ਉਹ ਕੌਮ ਜਿਹੜੀ ਆਪੇ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਤਾਂ ਨੌਜਵਾਨ ਮੁੰਡੇ ਖੜ੍ਹੇ ਆ, ਮੈਂ ਗੱਲ ਕਹਿਣੀ ਚਾਹੁੰਦਾ, ਕਿਤਾਬਾਂ ਅਸੀਂ ਬਹੁਤ ਘੱਟ ਪੜ੍ਹਦੇ ਹਾਂ। ਮੈਂ ਕਹਿੰਦਾ ਜਿੰਨਾ ਬੰਦਾ ਕਿਤਾਬਾਂ ਤੋਂ ਹਾਸਲ ਕਰਦਾ, ਜਾਣਕਾਰੀ ਵੀ ਹਾਸਲ ਕਰਦਾ, ਇੱਕ ਪ੍ਰੇਰਨਾ ਵੀ ਮਿਲਦੀ ਹੈ, ਇੱਕ ਸ਼ਕਤੀ ਵੀ ਮਿਲਦੀ ਹੈ ਸਾਨੂੰ। ਜਦੋਂ ਅਸੀਂ ਕਿਸੇ ਯੋਧੇ ਬਾਰੇ ਪੜ੍ਹਦੇ ਹਾਂ ਤਾਂ ਇੱਕ ਅੰਦਰ ਜਨੂੰਨ ਉੱਠਦਾ ਕਿ ਐਡੇ ਐਡੇ ਮਹਾਨ ਯੋਧਿਆਂ ਦੇ ਵਾਰਸਾਂ ਸੀ। ਤਾਂ ਮੈਂ ਕਿਤਾਬਾਂ ਦੀ ਮਹੱਤਤਾ ਦੱਸਣ ਲੱਗਿਆ ਕੀ ਹੈ, 3 ਚੀਨੀ ਯਾਤਰੀ ਜਿਹੜੇ ਭਾਰਤ ਆਏ ਨੇ, 3 ਚੀਨੀ ਯਾਤਰੀ ਤੁਸੀਂ ਸਾਰਿਆਂ ਇਤਿਹਾਸ 'ਚ ਪੜ੍ਹਿਆ ਹੋਣਾ, ਫਾਈਅਨ ਹਿਊਨ ਸਾਂਗ ਅਤੇ ਹਿਤ ਸਿੰਘ, ਇਹਨਾਂ ਤਿੰਨ ਬੰਦੇ ਜਿਹੜੇ ਉਹ ਵੱਖ ਵੱਖ ਸਮੇਂ 'ਤੇ ਭਾਰਤ ਆਏ। ਹਿਊਨ ਸਾਂਗ ਅਖੀਰ ਦੇ ਉੱਤੇ ਆਉਂਦਾ, 12 ਸਾਲ ਭਾਰਤ ਰਹਿੰਦਾ ਅਤੇ ਉਹ ਭਾਰਤ ਦੇ ਵਿੱਚ ਜਿੰਨੇ ਧਾਰਮਿਕ ਗ੍ਰੰਥ ਆ ਉਹਨਾਂ ਦਾ ਅਧਿਐਨ ਕਰਦਾ, ਕਿਤਾਬਾਂ ਪੜ੍ਹਦਾ ਅਤੇ ਜਾਂਦਾ ਹੋਇਆ ਵਾਪਸੀ ਦੇ ਵਿੱਚ ਕਿਤਾਬਾਂ ਨਾਲ ਲੈ ਕੇ ਜਾਂਦਾ। ਰਸਤੇ ਦੇ ਵਿੱਚ ਸਮੁੰਦਰ ਦੇ ਵਿੱਚ ਤੂਫਾਨ ਆ ਜਾਂਦਾ ਅਤੇ ਜਿਹੜਾ ਬੇੜਾ ਹੁੰਦਾ ਉਹਦਾ ਮਲਾਹ ਕਹਿੰਦਾ
कि जी ये तो हुण भार बहुत ज़्यादा आ, तूफान आ गया समुद्र दे विच ते बेड़ा अपना डुब जाना, किताबां आपां सिड़ दईए तां भार घट जाए। तो जिहड़े हुण सांग दे नाल दो होर आए हुंदे ने, कई आए हुंदे ने, तां दो जाणे उहनां दे समुद्र दे विच छाल मार जांदे ने तां कि जिहड़ियां किताबां ने उह चीन पहुँच सकण। ये महत्ता किताबां दी। पर साडी जवानी मैं पुछ लैना अज तुहाडे कोलों भी किन्ने क होंगे जिहड़े अखबारां दीआं संपादकीआं पढ़दे हो। किताबां दा बहुत दूर दीआं गल्लां ने, लाइब्रेरियां बणीआं होईआं ने पिंडां दे विच, इस पिंड दे विच भी लाइब्रेरी हैगी आ ना, किन्ने क जाके पढ़ के आउंदे हो? नहीं पढ़ते, कोई हाथ नहीं उठा। थोड़े बजुर्ग पढ़ते ने, नौजवाना चो बई वो किताबा पू लगे मैं उत्थे रखिया जी खा जाती है स्यौक वगैरह, तो पढ़ना पढ़ना भरावो असं भुल जाने। सो एक गल मैं वार वार हर स्टेज पर कहना हूं, वो है साड़ी माँ बोली पंजाबी, क्योंकि जवान ज्यौदी रहूगी तो पंजाबी ज्यौदे रहेंगे। जवान दे नाल बड़ा कुछ जुड़िया हुंदा है, ये नहीं भी जवान कल्ली बोलचाल का विषय ही हुंदा है। जवान दे नाल जो एक जवान मरदी है ना किसी कौम की, उहदा सभ्याचार का विरसा, उहदा इतिहास, उहदे धार्मिक ग्रंथ ने जिहड़े, उह सारा कुछ ही खत्म हो जाता है। ये बहुत वड्डी साडे नाल साजिश जिहड़ी साडी जवान प्रति की जा रही है, वख-वख सूबियां दे विच्चों, जम्मू कश्मीर दे विच्चों, राजस्थान दे विच्चों, हरियाणे दे विच्चों पंजाबी खत्म कर दित्ती गई। इत्थे हुण पंजाब दे विच जोर लग्या होया, साडे लोकां दा जोर ये लग्या होया भी साडा जवाक वध तों वध अंग्रेजी पढ़ना चाहीदा। मेरियां मामां भैणां बैठियां ने, ये ज़्यादा खुश हुंदियां ने, घर वाले नाल लड़ भी पैंदियां ने कि नहीं साडे जवाक नूं जे घरे आ के उहनूं आह पुत हैड हुंदा, आ नोज हुंदा, आई हुंदी है, आर्म हुंदी है, लैग हुंदी है, अंग्रेजी कोशिश करदियां ने जिन्नी वध तों वध अंग्रेजी साडा बच्चा सिखूगा। देखो जदों साडे जवाक ने हैड नूं जिहड़ा सिर है, सिर नूं हैड कहना है, तो सिर दीजा कान ना कीजा, उन्हूं पता नहीं लगना अगे जाके कि सिर दीजा कान ना कीजा दी की महत्ता है। इस तरीके नाल कौमां मरदियां ने। असीं इस गल दे खिलाफ नहीं, अंग्रेजी ना पढ़ो, अंग्रेजी पढ़ो, हिंदी अरबी जो मर्जी पढ़नी चाहीदी है, सारियां जवानां सानूं आउणियां चाहीदियां ने। पर जदों मां बोली नालों टुटदे आ ना, आम तौर ते साडे विच इक भरम पैदा कीता गया कि पंजाबी जबान अनपढ़ां दी जबान है, पेंडुआं दी जबान है, गवारां दी जबान है, इहदे विच बहुत कोई उच्च कोटी का इतिहास नहीं लिखिया गया, कोई साहित नहीं रचिया गया। जिहड़ी जबान दे विच गुरु ग्रंथ साहिब जिड्डा महान फलसफा रचिया गया होवे, उह जबान किवें गरीब हो सकती है? जिहड़ी जबान दे विच यूएनओ दे विच परचा पढ़िया जांदा होवे, जिहड़ी जबान दे विच बंबे ज फिल्मां बणदियां होण, जिहड़ी जबान दे विच हालीवुड दे विच इक नावल दे उत्ते पंजाबी दे उत्ते फिल्म बनी है, वह जबान किवें गरीब हो सकती है? वह जबान किवें माड़ी हो सकती है? असीं किन्ने कां जिहड़े इस गल नूं लै के चिंतित हैं, अपने बच्चों घरां दे आया पुछदे हैं कि सोनू स्कूलों दे विच की पंजाबी पढ़ाई जाती है, किहो जिहा इतिहास पढ़ाया जाता है, कोई मिथिहास तां नहीं पढ़ाया जाता? आ जिन्ने सर्व हितकारी स्कूल है सारे RSS दे स्कूल है, सारे उत्ते हवनी कराई जाते हैं, गुटके इत्थे कोई गुरद्वारा साहब है बाजा खाना उत्थे गुटके कोई देके गया, गुरबाणी बदली पई है, नहीं पता है सानू? साडे कोल तां इक्को रट लगी हुई है, वड्डी कोठी पाउणी है, वड्डी गड्डी लैणी है, चंगे पैसे होण बैंक दे विच, चिट्टा कुर्ता पजामा पाया होवे तड़के निकल जाके हथ ने किसे वड्डे 5-star होटल ढाबे ते खाणा खा के आगे जवाकां नूं लै के शिमले, हिमाचल, कुल्लू, मनाली घुम्मण चले जाइए, जां फिर होर है कनेडा भज गए, फैल लगी हुई है, जिवें पहला रुपिंदर बोल के गया ना, असीं इत्थे बहुत डरदे हाँ कि यार परचा ना हो जाए, असीं किधर जावांगे, की लैणा दिल्ली जाके, मेरी फैल लगी हुई है, मेरी इंटरव्यू आई हुई है, मेरे घर वाली बाहर बैठी है, मैं कल्ला ही इत्थे हाँ, फिर किवें लड़ूगा पंजाब? मैं कहना हुंदा, मैं तां खैर कदे गया नहीं, जा भी नहीं सकता क्योंकि परचे पुरचे कई है, पासपोर्ट भी है नहीं। बहुत सज्जण तुसीं इत्थे बैठे हो जिहड़े बाहरले मुल्कां तों करमिया, मैनूं निगाह पिया करमा चक्कर की धरती का, महान कबड्डी खिडारी होया करमे अर्गे गेड़े ला के आए हैं, होर सज्जण इत्थे जिहड़े जाके आए हो तुसीं बाहरले मुल्कां दे विच, इत्थों नाल दी धरती, इत्थों नाल दी वनगी, इत्थों नाल दीआं रुत्तां, इत्थों नाल दे मौसम, इत्थों नाल दे लोक नहीं मिलते। बाहर जाते हैं कई सज्जण मैनूं फोन करते ने जिन्हां नूं 40-40 साल हो गए बाहरले मुल्कां च बैठिआं नूं, फोन करके पहला 20-25 मिनट रोंदे आ फिर गल शुरू करते हैं, तो मैं पुछदा हुंदा भी रोने क्यों आ?
ਉਹ ਕਹਿੰਦੇ ਯਾਰ ਅਸੀਂ ਇੱਥੇ ਆ ਕੇ ਪੈਸਾ ਤਾਂ ਕਮਾ ਲਿਆ ਪਰ ਬਾਕੀ ਸਾਰਾ ਕੁਛ ਹੀ ਗਵਾ ਲਿਆ। ਪੈਸਾ ਜ਼ਿੰਦਗੀ ਨਹੀਂ ਆ, ਪੈਸਾ ਸਾਨੂੰ ਸਕੂਨ ਨਹੀਂ ਦੇ ਸਕਦਾ, ਉਹ ਖੁਸ਼ੀ ਨਹੀਂ ਦੇ ਸਕਦਾ ਜਿਹੜੀ ਅਸਲ ਮਨੁੱਖ ਨੂੰ ਚਾਹੀਦੀ ਆ, ਉਹ ਸਾਨੂੰ ਇਸ ਧਰਤੀ 'ਤੇ ਰਹਿ ਕੇ ਮਿਲਦੀ ਹੈ। ਬਾਹਰ ਗਵਾਂਢੀ ਨੂੰ ਗਵਾਂਢੀ ਨਹੀਂ ਜਾਣਦਾ ਹੁੰਦਾ ਵੀ ਕੌਣ ਰਹਿ ਰਿਹਾ, ਹਰ ਬੰਦਾ ਕੰਮ ਤੱਕ ਸੀਮਤ ਹੈ, ਸਵੇਰੇ ਕੰਮ 'ਤੇ ਫਿਰ ਕੰਮ ਤੋਂ ਵਾਪਸ ਘਰ ਵਾਲੀ ਰਾਤ ਨੂੰ ਦਿਨੇ ਜਾਂਦੀ ਆ, ਆ ਬੰਦਾ ਰਾਤ ਨੂੰ ਜਾਂਦਾ ਹੁੰਦਾ ਜਾਂ ਟਰੱਕ ਲੈ ਕੇ 15-15-20-20 ਦਿਨਾਂ ਬਾਅਦ ਮੁੜਦੇ ਨੇ, ਉੱਥੋਂ ਦੀ ਕਮਾਈ ਕੀਤੀ ਹੋਈ ਉੱਥੇ ਹੀ ਲੱਗੀ ਜਾਂਦੀ ਆ, ਖੂਹ ਦੀ ਮਿੱਟੀ ਖੂਹ 'ਚ ਹੀ ਪਈ ਜਾਂਦੀ ਹੈ। ਉੱਥੇ ਕਦੇ ਘਰ ਦੀ ਕਿਸ਼ਤ ਆ ਗਈ, ਕਦੇ ਗੱਡੀ ਦੀ ਕਿਸ਼ਤ ਆ ਗਈ, ਕਦੇ ਹੋਰ ਖਰਚੇ ਆ ਗਏ। ਆਹ ਹਾਲਾਤ ਹੋਏ ਨੇ ਲੋਕਾਂ ਦੇ ਸਾਡੇ। ਅਗਲੀ ਦੁਬਦਾ ਪਤਾ ਕੀ ਹੈ, ਮੁੰਡਾ ਬਾਹਰ ਬੈਠਾ ਹੁੰਦਾ, ਨੂੰਹ ਬਾਹਰ ਬੈਠੀ ਹੁੰਦੀ ਹੈ, ਬੰਦਾ ਇੱਥੇ ਬੈਠਾ ਹੁੰਦਾ, ਬਾਹਰ ਚਲਿਆ ਜਾਂਦਾ। ਕਈ ਬੰਦਿਆਂ ਨਾਲ ਮੇਰੀਆਂ ਗੱਲਾਂ ਹੁੰਦੀਆਂ ਨੇ ਕਿ ਬਾਹਰੋਂ ਯਾਰ ਮਸਾਂ ਨਿਕਲ ਕੇ ਆਏ ਹੈ, ਪਰ ਉਹ ਦੁਬਦਾ 'ਚ ਕਿਵੇਂ ਹੁੰਦਾ, ਜਵਾਕ ਬਾਹਰ ਹੁੰਦੇ ਆ ਆਪ ਇੱਥੇ ਹੁੰਦਾ, ਉੱਧਰ ਜੀ ਨਹੀਂ ਲੱਗਦਾ, ਇੱਧਰ ਰਹਿ ਨਹੀਂ ਸਕਦਾ, ਇਕੱਲਾ ਬੰਦਾ ਜਾਊ ਤਾਂ ਜਾਊ ਕਿੱਥੇ ਯਾਰ। ਇਸ ਮਾਰ ਦੇ ਵਿੱਚ ਵੀ ਅਸੀਂ ਪਿਸ ਰਹੇ ਹਾਂ ਪੰਜਾਬੀ ਹਾਂ ਜਿਹੜੇ। ਸੋ ਭਰਾਵੋ ਗੱਲਾਂ ਬਥੇਰੀਆਂ ਨੇ, ਮੈਂ ਕਈ ਦੋ ਥਾਈਂ ਅੱਗੇ ਹੋਰ ਜਾਣਾ, ਇਸ ਕਰਕੇ ਮੈਂ ਪਹਿਲਾਂ ਸਮਾਂ ਲਿਆ। ਅੱਗੇ ਮੈਥੋਂ ਬੁਲਾਰਿਆਂ ਨੇ, ਹਰਫ ਚੀਮਾ ਬੈਠਾ, ਗੱਲਬ ਵੜੈਚ ਬੈਠਾ, ਮੁੰਡਾ ਖੋਸੇ ਵਾਲਾ ਬੈਠਾ, ਹੋਰ ਕਈ ਬੁਲਾਰੇ ਬੈਠੇ ਨੇ, ਉਹਨਾਂ ਨੇ ਬੋਲਣਾ, ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ। ਪਰ ਮੈਨੂੰ ਦੁੱਖ ਇਸ ਗੱਲ ਦਾ, ਮੈਂ ਵਾਰ ਵਾਰ ਕਿਉਂ ਕਿੰਤੂ ਕਰ ਰਿਹਾ ਕਿ ਆਲੇ ਦੁਆਲੇ ਤੁਹਾਡੇ ਡੇਰੇ ਬਹੁਤ ਨੇ, ਖਾਸ ਕਰਕੇ ਮਾਤਾ ਭੈਣਾਂ ਸਾਡੀਆਂ, ਇਸ ਗੱਲ ਵੱਲੋਂ ਅਸੀਂ ਗੁਰੇਜ਼ ਕਰੀਏ ਕਿ ਅਸੀਂ ਜਦੋਂ ਡੇਰਾਵਾਦ ਦੇ ਵਿੱਚ ਪੈਂਦੇ ਹਾਂ। ਹੁਣ ਕਿਸੇ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਇੱਕ ਤਾਂ ਦੁਨੀਆ ਦਾ ਰੱਬ ਜਿਹੜਾ ਹੈਗਾ ਉਹ ਫਰਿੱਜ 'ਚ ਲੱਗਿਆ ਹੋਇਆ, ਉਹ ਕਿਹੜਾ ਨੂਰਮਹਿਲ ਵਾਲਾ ਹੈ ਨਾ, ਲੱਗਿਆ ਵਾ ਨਾ ਕਈ ਸਾਲ ਹੋ ਗਏ, ਉਹਨੂੰ ਫਰਿੱਜ 'ਚ ਰੱਖੀ ਬੈਠੇ ਆ। ਦੱਸੋ ਕਮਾਲ ਦਾ ਯਾਰ ਇੱਥੋਂ ਹਿਸਾਬ ਕਿਤਾਬ ਹੈ ਇਸ ਮੁਲਕ ਦਾ, ਨਾ ਕੋਈ ਸਰਕਾਰ ਇਸ ਗੱਲ 'ਤੇ ਨੂੰ ਤਰਜੀਹ ਦਿੰਦੀ ਹੈ, ਭਾਈ ਕੱਢ ਕੇ ਫੂਕ ਦਿਓ, ਇਹ ਜਿਹਾ ਹੈ ਕੀ ਆ, ਉਹ 4-5 ਸਾਲ ਦਾ ਫਰਿੱਜ 'ਚ ਲੱਗਿਆ ਹੋਇਆ ਇੱਕ ਰੱਬ ਹੈ, ਇੱਕ ਰੱਬ ਉੱਧਰ ਸਰਸੇ ਵਾਲਾ ਕਹਿੰਦੇ ਜੇਲ੍ਹ 'ਚ ਬੈਠਾ, ਇੱਕ ਰੱਬ ਕਹਿੰਦੇ ਆ ਵਕੀਲ ਭਾਲਦਾ ਫਿਰਦਾ ਜਿਹੜਾ ਬਿਆਸ ਵਾਲਾ, ਇਹ ਜ਼ਮੀਨਾਂ ਜਮੂਨਾਂ ਇੱਥੇ ਕਹਿੰਦੇ ਖਾਸੀਆਂ ਦੱਬੀਆਂ ਕੇਸ ਕੂਸ ਦੇ ਕਈ ਚੱਲਦੇ ਆ, ਇੱਕ ਹੋਣਾ ਰੱਬ ਤੁਹਾਡੇ ਨੇੜੇ ਵਾਲਾ ਜਿਹੜਾ ਘਾਲਾ, ਇਹ ਵੀ ਆਪਦੇ ਹੁਣ ਭਾਣਜੇ ਨੂੰ ਛਡਾਉਣ ਦੀ ਕੋਸ਼ਿਸ਼ ਕਰੂਗਾ, ਕਦੇ ਪੈਰਾਂ ਪੂਰਾਂ 'ਚ ਡਿੱਗੂਗਾ ਜਾ ਕੇ। ਅਤੇ ਸਾਡੀ ਦੁਨੀਆ ਨੂੰ ਆ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ, ਤੁਹਾਡੇ ਬਣਾਏ ਹੋਏ ਰੱਬ ਨੇ ਜਿਹੜੇ ਆ ਜਿਹੜੇ ਬਾਬੇ ਸਾਧ ਜਿਹੜੇ ਆ ਲਾਣਾ ਜਿਹੜਾ ਠੱਗਾਂ ਦਾ, ਇਹ ਕੋਈ ਜੇਲ੍ਹਾਂ 'ਚ ਬੈਠਾ, ਕੋਈ ਫਰਿੱਜਾਂ 'ਚ ਬੈਠਾ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਇਹਨਾਂ ਨੂੰ ਭੱਜ ਡੱਪੀ ਪਈ ਹੈ, ਉਹ ਤੁਸੀਂ ਇਹਨਾਂ ਲੋਕੋ ਕੀ ਭਾਲਦੇ ਇਹਨਾਂ ਲੋਕਾਂ ਕੋਲੋਂ ਯਾਰ, ਕੋਈ ਅਮਲ ਹੋ ਰਿਹਾ ਕਿ ਇਕੱਲੀਆਂ ਗੱਲਾਂ ਸੁਣ ਕੇ ਬਸ ਹੱਸ ਜੇ ਛੱਡਦੇ ਹੋ? ਲੱਗਦਾ ਇਸ ਤੋਂ ਬਾਅਦ ਇਹ ਗੱਲਾਂ 'ਤੇ ਅਮਲ ਕਰੋਗੇ ਵੀ ਅਸੀਂ ਮੜੀਆਂ ਨਹੀਂ ਪੁੱਜਣੀਆਂ ਬਈ। ਹੁਣ ਮੜੀਆਂ ਵਾਲੀ ਗੱਲ ਸੁਣਾਉਣਾ ਮੈਂ, ਮੇਰੀ ਬੇਬੇ ਸਰਪੰਚ ਬਣ ਗਈ, ਲੈ ਲਓ ਵੀ 5 ਮਿੰਟ, ਮੇਰੀ ਬੇਬੇ ਸਰਪੰਚ ਬਣ ਗਈ ਅਤੇ ਕੰਮਕਾਰ ਮੈਂ ਦੇਖਦਾ ਸੀਗਾ ਪਿੰਡ ਦੇ, ਅਤੇ ਮੇਰੇ ਪਿੰਡ ਦੇ ਵਿੱਚ ਸਿਵਿਆਂ ਦੇ ਵਿੱਚ ਨਾ ਬਹੁਤ ਐਡੀਆਂ ਐਡੀਆਂ ਮੱਟੀਆਂ ਜੀਆਂ ਬਣਾਈਆਂ ਹੋਈਆਂ, ਅਤੇ ਮੈਂ ਸਾਰੀਆਂ ਇਕੱਠੀਆਂ ਕਰਕੇ ਕੜਾਹ ਪਾ ਕੇ ਅਤੇ ਸਾਰੀਆਂ ਇਕੱਠੀਆਂ ਕਰਕੇ ਉਹ ਢਾਹਤੀਆਂ। ਲੋਕਾਂ ਨੇ ਇਤਰਾਜ਼ ਕੀਤਾ ਵੀ ਯਾਰ ਤੂੰ ਕੀ ਕੰਮ ਕੀਤਾ, ਮੇਰੇ ਫਾਇਦਾ ਕੀ ਹੈ, ਬੰਦਾ ਫੂਕਣ ਨੂੰ ਥਾਂ ਨਹੀਂ ਹੈਗਾ, ਤੁਸੀਂ ਸਾਰੇ 4 ਸਪਰੇ ਸਿਵਿਆਂ ਦੇ ਆਹ ਮੱਟੀਆਂ ਜੀਆਂ ਬਣਾਤੀਆਂ। ਕੁਦਰਤੀ ਕੀ ਹੋਇਆ ਕਿ ਉਦੋਂ ਹਫ਼ਤੇ ਕੁ ਬਾਅਦ ਮੇਰੇ ਗੋਲੀਆਂ ਵੱਜ ਜਾਂਦੀਆਂ ਨੇ ਅਤੇ ਮੈਂ DMC ਦਾਖਲ ਹੋ ਜਾਂਦਾ, ਅਤੇ ਮੇਰੀ ਬੇਬੇ ਕੋਲ ਮੇਰੇ ਪਿੰਡ ਦੀਆਂ ਸਾਰੀਆਂ ਬੁੜੀਆਂ ਪਤਾ ਲੈਣ ਆਉਂਦੀਆਂ ਨੇ, ਤਾਂ ਮੇਰੀ ਬੇਬੇ ਨੂੰ ਕਹਿੰਦੀਆਂ ਲੈ ਦੇਖ ਲਾ, ਲੱਖੇ ਨੇ ਬੜੀਆਂ ਢਾਂਗਾਂ ਸੀ ਸਾਡੀਆਂ ਮੱਟੀਆਂ ਤਾਂ ਆਹ ਕੁਛ ਹੋ ਗਿਆ। ਜਾਣੇ ਅਸੀਂ ਸਾਡੀ ਮਾਨਸਿਕਤਾ ਜਿਹੜੀ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ। ਮੈਂ ਪਹਿਲਾਂ ਬੋਲਿਆ ਕਿ ਰਾਜ ਕਰਨ ਵਾਲੀ ਕੌਮ ਅੱਜ ਮਾਨਸਿਕਤਾ ਦੇ ਵਿੱਚ ਗੁਲਾਮੀ ਭਰ ਦਿੱਤੀ ਗਈ, ਸਾਨੂੰ ਜਚਾਈ ਇਹ ਦਿੱਤਾ ਗਿਆ, ਬਣਾਈ ਇਹੋ ਜਿਹਾ ਦਿੱਤਾ ਗਿਆ ਵੀ ਤੁਸੀਂ ਡੇਰਿਆਂ ਮਗਰ ਤੁਰੇ ਫਿਰੋ ਜੀ, ਤੁਸੀਂ ਸਾਧਾਂ ਮਗਰ ਤੁਰੇ ਫਿਰੋ ਜੀ, ਬੜੀਆਂ 10ਵੀਆਂ 11ਵੀਆਂ ਪੂਜਦੇ ਫਿਰੋ ਜੀ। ਉਹ ਮੈਂ ਗੱਲ ਵਿੱਚ ਰਹਿ ਗਈ ਲੋਪ ਵਾਲੇ ਸਾਹਿਬ ਦੀ, ਉਹ ਮੈਨੂੰ ਜਾਂਦਾ ਜਾਂਦਾ ਕਹਿੰਦਾ ਯਾਰ ਸੰਤ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੈਂ ਕਿਹਾ ਬਾਬਾ ਜੀ ਸੰਤ ਦੀ ਪਰਿਭਾਸ਼ਾ ਪਤਾ ਕੀ ਹੁੰਦੀ ਹੈ? ਤਾਂ ਚੁੱਪ ਕਰਕੇ ਲੰਘ ਗਿਆ, ਸੰਤ ਸਮਝੀ ਜਾਂਦੇ ਆਪਣੇ ਆਪ ਨੂੰ ਯਾਰ। ਹੁਣ ਮੈਂ ਜ਼ਿਆਦਾ ਤਾਂ ਵਾ ਇਸ ਗੱਲ 'ਤੇ ਤਾਂ ਰੱਖ ਰਿਹਾ ਕਿ ਮਾੜਾ ਮੋਟਾ ਮੈਂ ਚੱਕਰ 'ਚ ਆਇਆ, ਅਤੇ ਆਲੇ ਦੁਆਲੇ ਤੁਹਾਡੇ ਇੱਕ ਵੱਧਣੀ ਵਾਲਾ ਇੱਥੇ ਨੇੜੇ ਬਾਬਾ, ਉਹ ਪਿਛਲੇ ਸਾਲ ਪਤਾ ਨਹੀਂ ਜ਼ਮੀਨ ਹੀ ਦੱਬਣ ਲੱਗ ਗਿਆ ਕਿਸੇ ਦੀ, ਹੁਣ ਹੱਸ ਪਏ ਪਤਾ ਨਹੀਂ। ਅਤੇ ਉਹ ਇਹ ਗੱਲਾਂ ਕਰਨੀਆਂ ਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਰਾਜਨੀਤਿਕ ਇਨਕਲਾਬ ਲਿਆਈਏ, ਦੁਨੀਆ ਬਦਲ ਗਏ। ਨਹੀਂ ਯਾਰ, ਪਹਿਲਾਂ ਆਪਣੇ ਆਪ ਨੂੰ ਬਦਲ ਗਏ। ਸਮਾਜਿਕ ਇਨਕਲਾਬ ਬਹੁਤ ਜ਼ਰੂਰੀ ਆ, ਸ਼ੁਰੂਆਤ ਅਸੀਂ ਆਪਣੇ ਆਪ ਤੋਂ ਕਰਨੀ, ਆਪਣੇ ਘਰਾਂ ਤੋਂ ਕਰਨੀ ਹੈ, ਆਪਣੇ ਪਰਿਵਾਰਾਂ ਤੋਂ ਕਰਨੀ ਆ, ਫਿਰ ਜਾ ਕੇ ਕਿਤੇ ਬਦਲਾਅ ਆਉਣੇ ਨੇ। ਵੱਡੇ ਬਦਲਾਅ ਦੀ ਅਸੀਂ ਗੱਲ ਕਰਦੇ ਹਾਂ, ਆਪ ਅਸੀਂ ਬਦਲ ਨੂੰ ਤਿਆਰ ਨਹੀਂ। ਗਾਤਰੇ ਸਾਡੇ ਪਾਏ ਹੁੰਦੇ ਆ, ਜਾਂਦੇ ਅਸੀਂ ਡੇਰਿਆਂ 'ਤੇ ਮੜੀਆਂ ਪੂਜਦੇ ਫਿਰਦੇ ਹਾਂ, ਫਿਰ ਫਾਇਦਾ ਕੀ? ਗੱਲਾਂ ਅਸੀਂ ਬਹੁਤ ਵੱਡੀਆਂ ਕਰਦੇ ਹਾਂ ਕਿ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਸੋ ਇਸ ਕਰਕੇ ਮੇਰਾ ਵੀਰ ਇਸ ਗੱਲ ਨੂੰ ਸਮਝੋ ਯਾਰ, ਬੜਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ।
26-27 तरीक नूं पंजाब दीआं वख-वख सां जथेबंदियां वल्लों वड्डे इकट्ठ ने जिहड़े उह जाणे आ दिल्ली देखिया। धनेर साहब ने दस्सिया कि जिवें जिथे भाई उन्होंने रोक ले फिर उत्थे डेरे ला लैणे आ, उत्थे जाम हो जाणगियां सड़कां, ते उद्दे मेरा भी राय ना होवे चक्कर वालिओ वी यार छड्ड परे असीं की लैणा है, कोई गल नहीं है, पहलां कहा फैल वाला काम जाना हो जाए जां बेबे कहदे पुत तू कल्ला कल्ला की करेगा, यह जे हालात ना मेरा वीर बन जाण तां उद्दे वड्डी गिणती साडी होनी चाहीदी है। एक गल मैनूं होर चेते आ गई, राह दे विच मैं देखदा ही आउंदा हुंदा जिथे कितें कोई हालात इहो जे देखदे ने, रुक के असीं पुछ भी लैंदे हुंदे आ, आपां आलू बीज रहे हैं ना आलू बीज रहा, ये एरिया ही बीजदा, साडा भी कुछ एरिया बीजदा है, तो आलूआं दे विच मैं देख रहा कि 10-10, 8-8 गट्टे ने जिहड़े DAP यूरिया फास्फोर जिंक दे पाए जा रहे आ, पाउंदे कि नहीं पाउंदे भी। गोभी दे विच घोलिया पिंड बहुत गोभी बीजदा है, गोभी दे विच 18-18, 15-15 गट्टे यूरिया DAP दे दसे जा रहे हैं, शिमला मिर्च दे विच 25-25 गट्टे दस रहे ने कि यूरिया DAP दे पै जांदे आ, ये हो रहा है ना। तो फिर मैनू ऐ दसो असी बचांगे किवें यार, साडे कोल हालात किहड़े ने, असी बच सकते हैं? सीधी जहर असी खा रहे हैं, किसी बंदे नू सलाह दे दिओ भी जैविक खेती कर लिओ भाई, बिना रेह स्परे तो खेती कर लो, अपने जोगरी कर लो। हुण वाले बंदे की करदे ने जिन्हां दे जिहड़े माड़े मोटे गजैश आ, कोई राजस्थान तो कणक मंगा लैंदा, कोई मध्य प्रदेश तो कणक मंगा लैंदा, वो मैनूं कहिंदे कणक तां असीं बाहरों मंगा के खाने आ। मैं कणक खा लोंगे, बाकी तुहाडियां जिहड़ियां फसलां ने, तुसीं सब्जी खाने हो, तुसीं पशुआं नूं पट्ठे पाउंदे हो, वह भी तो जहर वाले ने, पानी साडा जहरीला हो गया। हुण तुसीं मैनूं इक गल दा होर जवाब दिओ, मैं बहुत मैनूं दुख लगदा इन्हां गल्लां दा, मैं राह दे विच देखदा आ किन्ने ही अग ला के पराली नूं दरख्त फूके पए आ, ये भी कुदरत नाल खिलवाड़ है। असीं पेशाब करना होवे पानी च खड़ के उधर नूं मूँह करके पूतदे हुंदे आ, थुकना होवे पानी च थुकदे हुंदे आ, कोई मज की गां की जेर होवे उहनूं पानी सिट के आउंदे हुंदे आ, कोई कस कोई कट्टा बछा मर जाए पानी च तारदे आ सिटदे आ, कोई पंडित कहदे तेरे ग्रह कट्टे जाणगे इन्ने कोले तारदे नहर चों सिट के आउंदे हुंदे आ। तुसीं मैनूं इह वी दस दिओ तुहाडे घरां दे विच, मैं तुसीं देख लो घरां दे विच बोर करके थल्ले धरती हेठां असीं जिहड़ा जहरीला पानी सारा अपना सीवरेज वाला पानी है सारा धरती हेठां पा रहे हां, पा रहे हो कि नहीं पा रहे, दसो दसो बई, हुण हत्थ खड़े करो, 2-3-4-5 बस 5 बंदे ने हत्थ खड़े किए। उही पानी असी बोर करके अपना सारा जिहड़ा सीवरेज लैटरिन वाला पानी है गंद मन धरती हेठां पाउंदे आ, उसे पत्तण चों असी पानी कढ के पीने आ। आ पिछे जो पानी आया सी पिछले साल लोगों ने बोर ही खोलते, जिन्ना जूर गए रहे स्परे वाला पानी सारा धरती हेठां। वह पवन गुरु पानी पिता माता धरत महत, यह गुरबाणी कहती है पानी नूं प्यौरा दर्जा दिता गया प्यौ, तो असी उहनूं प्यौ बना के पूजिया, उहनूं सांभिया, धरती नूं असीं मां कदे मन्निया। गल्लां करदे आं असीं इसे इनकलाब दीआं, इनकलाब आउणगे किवें, किहड़ा बंदा सोच के चलदा इह गल्लां। मेरे आउण दा चक्कर पिंड च तां फायदा जे माड़ा मोटा अमल करके जाऊंगे, नहीं आए इत्थे 2-4 गल्लां सुणियां सानूं वधिया लगणगियां वी हाँ गल्लां ठीक ने यार, है ना, उदू बाद अमल खत्म हो जाना, अमलां बिना नबेड़े नहीं होने। ये तो यह सोचना पैना पंजाब तां बचूगा, क्यों आप बार बार कहने पंजाब की होंद की लड़ाई है, साड़ी साडे वजूद की लड़ाई है, क्यों है, क्योंकि RSS जिहड़ी हैगी BJP जिहड़ी हैगी उहदी विचारधारा ये नहीं कि सानूं सीधा मारना है, सीधा नहीं मारना, अगले ने सीधा मार मार के अगले ने देख लिया मनू साडी दात्री असी मनू दे सोए, ज्यों ज्यों मनू बढ़दा सी दून सवाए होए, जिवें जिवें सानूं बढ़िया टुकिया कट्टिया गया चाहे मुगल होण चाहे अंग्रेज़ होण, असीं दुगने चौगने होकर उठ के निकले हैं उन्हां घल्लूघारियां दे विच्चों, पर हुण सानूं जिवें खत्म किया जा रहा साडियां जड़ां दाती पा जा रही सानूं पता भी नहीं लग रहा। हरा इनकलाब आया असीं खुशियां मनाईयां कि साडियां फसलां दुगणियां चौगणियां हो गईयां, वह हरे इनकलाब ने सानूं की दिता घर घर कैंसर देता, साडे पानी दूषित करते, साडियां हवावां दूषित करतीआं, सानूं ऐ खत्म किया जाना है। मैं मुल्लांपुर भी बोलिया सी इह गल, उत्थे इक इत्थे चौंकी मान दा मुंडा मेरे कोल आया, कहिंदा भाई मेरा इत्थे जिम है, ते कहिंदा मैं जिहड़े जिम च मेरे कोल 40-50 मुंडे आउंदे आ, कहिंदा मैं टेस्टोस्टेरोन चैक कराया, किसे दे 5 है, किसे दे 10 है, किसे दे 20 है, किसे दे 25 है। टेस्टोस्टेरोन जिहड़े
एक बच्चा पैदा करने वाले सकराणु ने वो बंदे दे अंदर होने चाहिए ने, वो साढ़े क्यों घट रहे ने? किन्ने केस होंगे ने पिंडां दे विच जदों नवा ब्याह हुंदा है ते जदों नाल दी नाल आपां दवाई लेनी शुरू कर दिंदे आ भाई जवाक नहीं हो रहा, चार चार पाँच पाँच साल खा के दवाइयां फिर जवाक हुंदा है, जां टेस्ट ट्यूब बेबी हो रहे ने, बच्चे हो रहे हैं टेस्ट ट्यूबां राहीं बच्चे हो रहे ने, ये क्यों हो गया? तो गल है कि पैसा असी खा नहीं सकते, पैसा साड़ी सेहत नहीं बना सकता। ठीक है पैसा सानू चंगी गड्डी चंगी कोठी दे सकता है, ये साड़ा खाण पीने ना जहरीला हो गया, हर बंदे रे हजम नहीं आता, हथ ने दो पैग ला के फिर रोटी खाता है, ये क्यों किया गया? ये भी एक साजिश सी। नशा क्यों लिया गया? अपन लगता कि चिट्टा आया एक आम वर्तारा है, चिट्टा जान बुझ के लिया गया ताकि साड़ी जवानी नू खत्म किया जा सके। जे सोडे कोले मैं चक्कर पिंड आ जाया, जे मैं चिट्टा पीने वाला हुंदा मैं नहीं आना सी, मैं देखना सी कि किवें मेरी मैं अपना जिहड़ा किसी की दुकान भननी है, कोई बैंक भननी है, एटीएम भनना है, किसी राह जांदे तो किवें पैसे खोने आ, ये मेरी सोच नहीं सी बननी। तो यह चाहते सी लोग जिहड़े पूरे मुल्क नू इक्को ही रंग दे विच रंगण दी कोशिश हो रही है। अर्णव गोस्वामी नू सुप्रीम कोर्ट ने जमानत दी है, सुनिया सारिया ने अरविंद अरविंद जिहड़ा गोस्वामी है रिपब्लिक टीवी वाला टैलीविजन वाला इहदा सोशल मीडिया दीआं गल्लां ने, सुप्रीम कोर्ट ने उन्हूं जमानत यह कह के दित्ती है कि भाई जे सूबा जिहड़ा हुंदा सूबे दीआं सरकारां किसे बंदे दे धक्केशाही कर दिया तो उहदी हिफाज़त दे लई उस बंदे दी राखी दे लई सुप्रीम कोर्ट बैठी है। जिहड़े बंदे ने किसे नूं उकसा के खुदकुशी लई उकसाता उहनूं सुप्रीम कोर्ट यह कह के जमानत दे दिंदी है, पर दूजे पासे वरवरे राव वर्गे स्टैन वर्गे सफूरा जरगर वर्गिया तेल तूंबड़े वर्गे नवलखे वर्गे किन्ने ही बंदे ने जिहड़ा कोई प्रोफेसर है, कोई बुद्धिजीवी है, कोई लिखारी है, कोई कवि है, कोई वकील है, जिन्हां नूं जूए पीए ला के अंदर तुन्या गया है, कि उन्हां दी आजादी नहीं है? कि वह कश्मीर वाले जिहड़े डूढ़ साल हो गया ताड़िया होया नूं अंदर उन्हां नूं कि उन्हां दी आजादी कोई मायने नहीं रखती? कि साडे बंदी सिंह जिन्हों 40-40 साल हो गए जेलां च बैठिया सजावां भी पूरियां कर लिया जो कानून के हिसाब के नाल, कोई रिहाई नहीं, छुट्टी कोई छुट्टी नहीं, रिहाई तो दूर दियां गल्लां ने, ये हालात ने। याद रखियो जिवें पहलां बोलिया कि साडे हालात कश्मीर वाले होने ने, कश्मीर तो भी भैड़े होने ने, जिहड़ियां आवाज़ां अज बुलंद हुंदियां ने, जिहड़ियां आवाज़ां अज बोलदियां ने, जिहड़ियां आवाज़ां अज अपने लोगों नूं जागरूक करदियां ने, आवाज़ां नूं दबणा इन्हां ने। कोई यू ए पी ए लाता, कोई एन एस ए लाता, जेल चक्के सिड़ता, कोई सुनवाई नहीं। हुण यू ए पी ए अपने पंजाब के बहुत मुंडियां ते लाया, असीं उन्हां दे घरां च भी जाके आए हैं, इन्ना खतरनाक कानून है, दो साल तक कोई वकील नहीं कर सकते, कोई अपील नहीं पा सकते, कोई दलील नहीं दे सकते, सुनवाई नहीं होनी, अंदर बैठे सड़ी जाओ। ये हालात पंजाब के लोगों के होने आ, क्योंकि असीं इत्थे खड़े हाँ, छड परे यार मैं की लैना, मैनू की है, जे फसया तो वह फसया, आपां की लैना, ये भुलेखा है जी। अग गवांढियां दे घरे लगी आ, सेक साडे तक पहुंचना है, हर बंदे नाल हालात यह बनने ने। तां मैं एक गल सानू सुना के जाऊँगा अखीर दे उत्ते, एक कवि होया मार्टिन नाई मेलर दा नाम है, उन्हें जो हिटलर दा दौर सी ते कविता लिखी सी, उन्हें मैं पंजाबी दे विच थोड़ा मैं तर्जमा किया है, कहिंदा जदों मेरे समाज लई आए तां मैं चुप रहा, जदों उह मेरे बोली लई आए मैं चुप रहा, जदों मेरे पाणियां लई आए मैं चुप रहा, जदों मेरे इतिहास नूं तोड़िया मरोड़िया गया मैं चुप रहा, जदों मेरे धार्मिक फलसफे दे विच रलगड़ करके मिलावट करके पखंडवाद दा लेप चाढ़ दिता गया मैं चुप रहा, मेरे पानी खोहे गए, मेरी धरती खोही गई मैं चुप रहा। पर कहिंदा अखीर एक दिन वह मेरे लिए आए, मैनूं गल तो फड़ के घरों बहर कढ लिया, कहिंदे चल भी हुण तेरा इत्थे कुछ नहीं हैगा, चक अपना नडेरा ते इत्थों लंघ जा। कहना मैं आले दुआले देखता रहा, उस दिन मेरे लिए बोलने वाला कोई भी नहीं सी, कोई भी ऐसा मोढ़ा नहीं सी जिदे उत्ते मैं अपना सिर रख के अपना दुख रो सकता, मैं संघर्ष कर सकता। पर कहना उदे मेरे पल्ले पछतावा रह गया कि मेरा वजूद, मेरी कौम का वजूद खत्म हो गया। ये अज असी साड़ी सोच यही है भी छड़ो परे मैं की लेना है, हुण मैं किहड़ा चक्कर तो आके चोण लड़नी है, मनजीत नेर ने किहड़ा साडे इत्थे वोटां 'च खड़े होना है, जां जिन्हें होर आले दुआले तो आए है। ये चेटक होंदी है, एक चिंगाड़ी होंदी है, एक जनून होंदा है। तो मैं दो वेले परमात्मा अगे ही अरदास करके पैना कि हे वाहिगुरु, ये परमात्मा है परवरदगार,
मेरी कौम नूं एकजुट कर, यह सचेत होवे मेरी कौम, इन्हां दे दिमाग खुलन, ये अपने हकां लई लड़े, अपने पंजाब अपनी पंजाबीयत नूं बचाउण लई लड़े, तां जाके गल बननी है। जे अहीं पाटे रहे आ धड़ियां च तां अहीं बंडे ही होए आ। मैं 3 साल पहलां तुहाडे नगर दे विच आया सीगा, अजमेर सिंह जिहड़े हैगे आ इक उहनां दा भरा अजमेर सिंह नूं मैं मिलिया सीगा, उहनां दे मौत हो चुकी है हुण तां, बड़ा सोहना नगर बनाया, चर्चे ने तुहाडे पिंड दे पूरी दुनिया च कि चक्कर पिंड बड़ा सोहना बनिया, झीलां बनियां, दरख्त बने आ, लाइक लगे ने, अड्डे बने हुए ने, रंग होया होया पूरे पिंड नूं, पूरी गलबात आ। दूरों दूरों लोग तुहाडे पिंडां नूं देखण आउंदे ने चक्कर नूं, मैं भी देखण आया सी 3 साल पहलां कि बड़ा सोहना पिंड बनाया, चक्कर दीआं बड़ियां गल्लां हुंदीआं ने। पर मैनूं इक गल होर भी पता लगी कि इह तुहाडा पिंड भी हुण दफाड़ हो गया, ਸੋਡੇ ਪਿੰਡ ਦੇ ਵਿੱਚ ਵੀ ਉਹ ਏਕਾ ਹਾਲੇ ਨਹੀਂ ਰਿਹਾ। ਆਪਾਂ ਵਾਰ ਵਾਰ ਗੱਲ ਕਰਦੇ ਰਹੇ ਹਾਂ, ਇੱਥੋਂ ਸਟੇਜ ਤੋਂ ਬੁਲਾਰੇ ਬੋਲੇ ਆ ਕਿ ਏਕਾ ਵਾੜਾ ਜੀ ਪਿੰਡ 'ਚ ਇੱਕੋ ਹੀ ਗੁਰਦੁਆਰਾ ਹੈ, ਪਰ ਸੋਡਾ ਪਿੰਡ ਵੀ ਹੁਣ ਉਹ ਰਾਹ 'ਤੇ ਜਿਹੜੇ ਰਾਹ ਦੇ ਉੱਤੇ ਸਿਆਸੀ ਬੰਦਿਆਂ ਨੇ ਸਾਨੂੰ ਪਾਇਆ ਹੋਇਆ, ਸਾਡੀਆਂ ਭਾਈਚਾਰਕ ਸਾਂਝਾਂ ਤੋੜਤੀਆਂ, ਭਰਾ ਭਰਾ ਨਾਲ ਲੜਾਤਾ, ਪੁੱਤ ਪਿਓ ਨਾਲ ਲੜਾਤਾ, ਇੱਥੋਂ ਤੱਕ ਸਾਡੇ ਹਾਲਾਤ ਬਣ ਗਏ ਕਿ ਜੇ ਇੱਕ ਬਾਦਲਾਂ ਨਾਲ ਹੈ, ਦੂਜਾ ਕਾਂਗਰਸ ਨਾਲ ਹੈ, ਦੂਜਾ ਦੂਜੇ ਨੂੰ ਕਿਸੇ ਵਿਆਹ ਸਾਹੇ 'ਤੇ ਕਿਸੇ ਦੁੱਖ ਦੇ ਸਮੇਂ ਸੱਦਣੋਂ ਬੁਲਾਉਣੋਂ ਹਟ ਗਏ। ਜੇ ਸਾਹਮਣੇ ਕੋਈ ਅਕਾਲੀ ਤੁਰਿਆ ਆਉਂਦਾ ਇਧਰੋਂ ਕਾਂਗਰਸੀ ਜਾਂਦਾ ਹੈ ਤਾਂ ਪਾਸਾ ਵੱਟ ਕੇ ਲੰਘ ਜਾਂਦੇ ਹਾਂ ਯਾਰ। ਇੱਥੋਂ ਤੱਕ ਸਾਡੇ 'ਚ ਨਫ਼ਰਤਾਂ ਭਰ ਦਿੱਤੀਆਂ ਇਹਨਾਂ ਲੋਕਾਂ ਨੇ। ਕਿੰਨਾ ਪਿਆਰ ਕਿੰਨੀ ਮੁਹੱਬਤ ਸੀਗੀ ਸਾਡੇ ਲੋਕਾਂ ਦੇ। ਧਨੇਰ ਨੇ ਸੁਣਾਇਆ ਕਿ ਮੈਂ ਬਿਆਸੀ ਦੀ ਗੱਲ ਕਰਦਾ, ਜਦੋਂ ਕਿਸੇ ਪਿੰਡ 'ਚ ਗਏ ਸੀਗੇ ਤਾਂ ਬਿਆਸੀ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਕਿਵੇਂ ਲੋਕਾਂ 'ਚ ਮੇਲ ਜੋਲ ਸੀ, ਕਿਵੇਂ ਜਦੋਂ ਕਿਸੇ ਪਿੰਡ 'ਚ ਕੋਈ ਘਟਨਾ ਵਾਪਰਦੀ ਸਾਰਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ ਉੱਥੇ ਆ ਕੇ। ਅੱਜ ਹਾਲਾਤ ਹੋਰ ਹੈ, ਗਵਾਂਢੀਆਂ ਦੇ ਅੱਗ ਲੱਗੀ ਹੋਵੇ, ਗਵਾਂਢੀ ਖੜ ਕੇ ਕੰਨ 'ਤੇ ਵੀਡੀਓ ਬਣਾਉਂਦਾ ਹੁੰਦਾ ਵੀ ਦੇਖਾਂ, ਗਵਾਂਢੀ ਲੜਦੇ ਹੋਣ ਤਾਂ ਵੀ ਵੀਡੀਓ ਬਣਾਉਂਦਾ ਵੀ ਕੱਲ੍ਹ ਨੂੰ ਨੈੱਟ 'ਤੇ ਪਾਊਂਗਾ। ਉਹ ਏਕਾ ਉਹ ਭਾਈਚਾਰੇ ਸਾਨੂੰ ਕਾਇਮ ਕਰਨੇ ਪੈਣੇ, ਉਹ ਸਿਰ ਜੋੜਨੇ ਪੈਣੇ ਆ ਯਾਰ, ਜੇ ਪੰਜਾਬ ਨੂੰ ਬਚਾਉਣਾ। ਬੜੀ ਮਹਾਨ ਵਿਰਾਸਤ ਹੈ, ਬੜੀ ਮਹਾਨ ਧਰਤੀ ਹੈ, ਬੜੇ ਮਹਾਨ ਲੋਕ ਨੇ, ਧਰਤੀ ਦੇ ਹਰ ਕਦਮ ਕਦਮ 'ਤੇ ਸ਼ਹੀਦ ਹੋਏ ਨੇ, ਹਰ ਕਦਮ ਕਦਮ 'ਤੇ ਖੂਨ ਡੁੱਲਿਆ, ਫਿਰ ਇਹ ਵਿਰਾਸਤ ਹੈ ਜਿਹੜੀ ਉਹ ਸਿੰਜੀ ਜਾ ਸਕੀ ਹੈ, ਫਿਰ ਇਹ ਵਿਰਾਸਤ ਖੜੀ ਹੋਈ ਹੈ। ਅਤੇ ਜੇ ਅੱਜ ਇਹ ਵਿਰਾਸਤ ਮਰੂਗੀ ਤਾਂ ਸਾਡੇ ਨਿਖਿੱਧਪਣੇ ਕਰਕੇ, ਸਾਡੇ ਨਿਕੰਮਾਪਣ ਕਰਕੇ ਇਹ ਵਿਰਾਸਤ ਨੇ ਖਤਮ ਹੋਣਾ। ਕੋਈ ਫਰਕ ਨਹੀਂ ਪੈਂਦਾ, ਮੈਂ ਕਹਿੰਦਾ ਹੁੰਦਾ ਦੁਨੀਆ ਤੋਂ ਜਿੱਦੇ ਜਾਣਾ ਤੁਹਾਡਾ ਨੰਬਰ ਉੱਦੇ ਆ ਹੀ ਜਾਣਾ। ਬਥੇਰੇ ਹੁਣ ਆਪਾਂ ਦੇਖਦੇ ਹਾਂ ਕਿ ਅਟੈਕ ਹੋ ਗਿਆ ਜੀ, ਕੋਈ ਐਕਸੀਡੈਂਟ 'ਚ ਮਰ ਗਿਆ ਜੀ, ਕੋਈ ਯਾਤਰਾ 'ਤੇ ਗਿਆ ਉੱਥੇ ਪਾਣੀ 'ਚ ਰੁੜ ਕੇ ਮਰ ਗਿਆ ਜੀ, ਬਹੁਤ ਦੁਨੀਆ ਮਰਦੀ ਆ। ਤਾਂ ਫਿਰ ਇਹ ਜ਼ਿੰਦਗੀ ਆਪਣੀ ਕੌਮ ਦੇ, ਆਪਣੇ ਪੰਜਾਬ, ਆਪਣੀ ਪੰਜਾਬੀਅਤ ਦੇ ਲੇਖੇ ਲਾਓ। ਇੱਕ ਜਜ਼ਬਾ ਪੈਦਾ ਕਰੋ ਕਿ ਅਸੀਂ ਰਾਜ ਕਰਨ ਵਾਲੇ ਲੋਕ ਹਾਂ, ਅਸੀਂ ਗੁਲਾਮ ਨਹੀਂ ਹਾਂ, ਗੁਲਾਮ ਨਾ ਬਣਿਆ ਕਰੋ। ਇਹ ਸਾਡੇ 'ਚ ਹੋਣਾ ਚਾਹੀਦਾ ਜਨੂੰਨ ਕਿ ਹਾਂ ਯਾਰ, ਅਸੀਂ ਤਾਂ ਉਹਨਾਂ ਦੇ ਵਾਰਸ ਹੈ ਜਿਨ੍ਹਾਂ ਨੇ ਮੁੱਠੀ ਭਰ ਨੇ ਵੀ ਰਾਜ ਕੀਤਾ ਇਸ ਦੁਨੀਆ ਦੇ ਉੱਤੇ। ਅਤੇ ਉਹ ਰਾਜ ਇਹ ਨਹੀਂ ਸੀ ਕਿ ਕਿਸੇ ਇੱਕ ਦਾ ਸੀ, ਸਾਰੀ ਸਮੁੱਚੀ ਮਾਨਵਤਾ ਦੀ ਭਲਾਈ ਲਈ ਰਾਜ ਕੀਤਾ ਸੀ। ਸੋ ਅਖੀਰ ਦੇ ਉੱਤੇ ਇਹੀ ਬੇਨਤੀ, 26 ਤਰੀਕ ਨੂੰ ਮੇਰਾ ਵੀਰ ਆਪਾਂ ਜਾਣਾ ਦਿੱਲੀ, 26-27 ਨੂੰ ਟਰੈਕਟਰ ਟਰਾਲੀਆਂ 'ਤੇ ਆਪਣੀਆਂ 2-2 ਟਰਾਲੀਆਂ ਵਿੱਚ ਰਾਸ਼ਨ, ਵਿੱਚ ਜਿਹੜੇ ਲੀੜੇ ਕੱਪੜੇ ਆ, ਬਿਸਤਰੇ, ਸਾਰਾ ਕੁਝ ਵਿੱਚ ਹੀ, ਵੀ ਹੋ ਸਕਦਾ ਆਪਾਂ ਨੂੰ 2 ਮਹੀਨੇ 4 ਮਹੀਨੇ 6 ਮਹੀਨੇ ਉੱਥੇ ਲਾਉਣੇ ਪੈਣ, ਤਾਂ ਮੋਰਚਾ ਪੱਕਾ ਲਾਉਣਾ ਹੀ ਪੈਣਾ। ਕਿੰਨਾ ਚਿਰ ਬਚਦੇ ਰਹਾਂਗੇ, ਐਂ ਬਚ ਬਚਾ ਕੇ ਗੱਲਾਂ ਹੋਣੀਆਂ ਨਹੀਂ। ਕਾਨੂੰਨ ਬੜੇ ਖਤਰਨਾਕ ਹੋਰ ਆਉਣੇ ਨੇ, ਬਿਜਲੀ ਵਾਲਾ ਹਾਲੇ ਤਿਆਰ ਹੋ ਰੱਖੀ ਬੈਠੇ ਹੈ, ਪਾਣੀ ਸਾਡਾ ਮੋੜ ਕੇ ਹਿਮਾਚਲ ਦੇ ਵਿੱਚੋਂ ਉਹ ਹੋਰਨਾਂ ਸੂਬਿਆਂ ਨੂੰ ਲਿਜਾਣ ਨੂੰ ਤਿਆਰ ਹੋਏ ਬੈਠੇ ਆ। ਤਾਂ ਇਹ ਇਹ ਹਮਲੇ ਸਾਡੇ 'ਤੇ ਹੋਰ ਹਾਲੇ ਤੇਜ਼ ਹੋਣੇ ਹੈ। ਇਹ ਭੁੱਲ ਜਾਓ ਵੀ ਇੱਕ ਵਾਰੀ ਅਸੀਂ ਆਹ ਕਰਾ ਕੇ, ਕਿਸਾਨੀ ਵਾਲਾ ਜਿਹੜਾ ਹੈਗਾ ਕਾਨੂੰਨ, ਇਹਨੂੰ ਵਾਪਸ ਕਰਾ ਕੇ ਅਤੇ ਸਾਨੂੰ ਕੋਈ ਮਾੜੀ ਮੋਟੀ ਰਾਹਤ ਮਿਲ ਜਾਣੀ ਆ, ਰਾਹਤ ਨਹੀਂ ਮਿਲਣੀ। ਉਹ ਬਹੁਤ ਬੁਰੀ ਮਿੱਥੀ ਬੈਠੇ ਆ, ਬਹੁਤ ਬੁਰੀ ਧਾਰੀ ਬੈਠੇ ਆ ਪੰਜਾਬ ਪ੍ਰਤੀ। ਤਾਂ ਕਿਉਂਕਿ ਸਾਡੀ ਜਿਹੜੀ ਅਸੀਂ ਗੱਲ ਵਿਲੱਖਣਤਾ ਦੀ ਕਰਦੇ ਹਾਂ, ਅਡਰੀ ਗੱਲ ਕਰਦੇ ਹਾਂ, ਸਾਡੀ ਪਹਿਚਾਣ ਦੀ ਗੱਲ ਕਰਦੇ ਹਾਂ, ਉਹ ਰੜਕਦੀ ਆ ਉਹਨਾਂ ਨੂੰ। ਉਹ ਨਹੀਂ ਚਾਹੁੰਦੇ ਕਿ ਇਹ ਕੋਈ ਆਪਣੀ ਵੱਖਰੀ ਗੱਲ ਕਰਨ। ਸੋ 26-27 ਤਰੀਕ ਨੂੰ ਮੇਰਾ ਵੀਰ ਆਪਾਂ ਵੱਧ ਤੋਂ ਵੱਧ ਵੱਡੀ ਗਿਣਤੀ ਜਾਣਾ। ਕਿੰਨੇ ਕੁ ਜਾਓਗੇ ਬਈ, ਹੱਥ ਖੜੇ ਕਰੋ। ਥੋੜ੍ਹੇ ਹੱਥ ਖੜੇ ਹੋਏ, ਧਨੇਰ ਸਾਹਿਬ ਕਹਿੰਦੇ ਕਹਿੰਦੇ ਦੁਬਾਰੇ ਲੈ ਜਾਵਾਂਗੇ। ਹਾਂ ਇਹ ਤਾਂ ਚੱਲਣਾ, ਲੰਮਾ ਚਲਾਉਣਾ ਨਾ, ਇਹਦਾ ਫਿਰ ਕੰਮ ਕੁੰਮ ਨਿਬੇੜ ਕੇ, ਕੋਈ ਗੱਲ ਨਹੀਂ, ਬਿਜਾਈ ਦਾ ਕੰਮ ਚੱਲਦਾ ਅਤੇ ਅਸੀਂ ਉਹ ਨਿਬੇੜ ਕੇ ਫਿਰ ਅੱਗੇ ਵੱਡੀ ਗਿਣਤੀ ਦੇ ਵਿੱਚ ਹੌਲੀ ਹੌਲੀ ਵਾਰੀ ਬੰਨ੍ਹ ਕੇ। ਵੱਡਾ ਪਿੰਡ ਹੈ ਤਾਂ ਬਹੁਤ ਵੱਡਾ ਪਿੰਡ ਹੈ, ਹੋਣੀ ਹੈ ਮਤਲਬ 7-8 ਹਜ਼ਾਰ ਵੋਟ ਹੋਣੀ ਹੈ ਪਿੰਡ ਦੀ।
तो इस पिंड 500-700 हज़ार बंदा मेरिया मावं भैन बैठिया ने उन्होंने भी बेनती करता भी तुम भी उस दिन थोड़ी शमूलीयत थोड़ी गिणती वड्डी चाहिए है क्योंकि जिहड़ियां जिहड़े मैदानां दे विच साडियां मावं भैन कुदियां ने वह मैदान हमेशा असीं फतेह कीते ने तो उद्दे फिर वो नारा जरूर चाहना लाना भी बच्चा बच्चा झोक देंगे जमीना ते कब्जा रोक देंगे हुण बच्चा बच्चा झोक देंगे पंजाब ते कब्जा रोक देंगे हुण ये पंजाब ते कब्जा नहीं असीं होण देना चाहे सिर धड़दी लाउणी पै जाए उद्दे फिर ये कह के चलो मां नूं भी बेबे पानी आटे च मेरे आए तो पाई कोई गल नहीं इतिहास लिखा जाता होंगे यह लड़ाइया का यह संघर्षा का एक पल पल का इतिहास लिखा जाता होंगे तो इतिहास के लड़न वाले लोगों का ना आता होंगे गदारा का भी आता होंगे लड़न वाले लोगों का पहल तो आता होंगे सो इन मेरिया बेनतियां सी मैं अखीर दे उत्ते फिर थोनों कहना आप नारे गजावे पर मेरी बेनती है मेरा वीर सारे ऐ बने रहे मैं दो पिंडा उधर मेरे जिले से जाना हले तो मैं इस करके पहला बोलिया नहीं मैं अखीर से बोलना सी वधिया मैं इतों वधिया बुला रहे बोलने वाले चंगे विचार वाले ने हले होर बोलने अपने पक्ष रखने ने विचार रखने ने सुनना गल्लां बातां सांझियां करनियां ने एक अखीर ते मैनूं गल रड़कदी है जिहड़ी मैं पुछ लां दुबारे यार हुण डेरियां दा वाईकाट किन्ने करोंगे मड़ियां मेरियां माता बेबे बैठियां इधर भैणां बैठियां ये नहीं हथ खड़े करदे है ये भी एक बहुत बड़ा सानू एक संघर्ष लड़ना पैना खा गए सानू जड़ां च बह गए साडे ये बड़ा खोरा लाया डेरियां डूरियां ने सानू तैयार हो बई हाथ दुबारे खड़े करो फिर ठीक है जी सो दो मिनट ले लां यार मेरे गल चेते आ गए सोए ना फिर जो कट्ठ बैठा हो गल्लां सुनदा हो पर सवाउण दा स्वाद भी आउंदा हुंदा ना फिर ऐ हुंदा भी हुण होर थोड़ी जी गलबात कर ली जावे यार तां मैं थोनूं इक गल इन्नी दसनी चाहुंदा कि देखो डेरियां नाल संबंध जिहड़ी मैं गल दसना चाहुंदा कि इह क्यों आ क्योंकि जदों असीं किसे डेरे वल किसे धागे तवीतां वल किसे मड़ियां वल भजदे आ ना तां असीं शुरू तों बचपन दे विच साडियां मावां साडियां भैणां साडे प्यो साडे दिमाग दे विच पाईआं जांदीआं चीज़ां ने कि पुत आ फलाना डेरा है फलाना बाबा है ये बहुत शक्ति वाला है ये बहुत करनी वाला है ये बड़िया सुखा पूरिया होंदिया ने तो मानसिकता साड़ी उवें बनती तुरी जाती है जो मानसिक तौर पर मैं कहना होंगे भी जेड़े लोग अज डेरिया डूर तुरे फिरते हैं वो लोग मानसिक तौर पर बीमार होंगे ने जोड़ा बंदा मानसिक रोगी हों हमेशा किसी ना किसी चीज़ का सहारा लेंदा हों जो बंदा मानसिक तौर पर दिमागी तौर पर मजबूत हों वह बंदा किसी डेरे डूरे का सहारा नहीं लैंदा हुंदा कोई मुसीबत आ जाए उन्हूं ऐ हुंदा कोई गल नहीं मैं अपने आप दे सिर ते चलूंगा मैं डेरे डूरे च नहीं जाना पर साडे हालात यह पैदा किए जाते हैं मैं मावं भैणां बैठियां तां गल करदा कि अपने बच्चों नूं इस तरह तैयार करो इस तरह प्रेरणा होनी चाहिए है उन्हां नूं इतिहास नाल इह जिहा जोड़ो उन्हां नूं गुरु गोबिंद सिंह अपने छोटे साहिबजादियां दीआं गल्लां उन्हां दीआं कुरबानियां दीआं गल्लां जो सिखाउने आ तां साडे बच्चे भी उस तरह तैयार होण पर अजकल उह चीज़ां सानूं ना घर दिखाईया जा ना सुनाईया जा अजक मावं साड़िया की कर दया बच्चों दिया भैं की कर दया ने साड़िया उन्होंने ऐ हों भी मेरा कोई टीवी सीरीयल ना लंघ जे नाटक ना लंघ जे वो अपने जवाक न मोबाइल के उत्ते मोटू पतलू ला के दे दिदिया ने भी आ पुत तू देखी जा हसन वाली गल नहीं है साड़ा दुखांत आ कि कहदियाँ कि तू इधर लग्या रहेगा तो मैं अपना नाटक देख लूँगी या मैं अपना कोई काम कार कर लूँगी अगर साड़िया मावं भैं एक बच्चे दियां मीडियां गुंजदियां सी ते नाल दी नाल अपना इतिहास भी सुनाई जांदियां सी सो बहुत जरूरत आ बहुत लोड़ है यार जे असीं अपने आप नूं बचाउणा इस पंजाब नूं बचाउणा तां सो बहुत बहुत धन्नवाद जिन्ने चक्कर नगर दे वासी मेरियां मावां भैणां मेरे नौजवान बजुर्ग बच्चे जिन्ने मुंडे क्लब वाले जिन्हां दे सद्दे ते असीं अज इत्थे पहुंचे हां उहनां दा बहुत धन्नवाद आ ते परमात्मा सुख रखे कदे गेड़ा वजदा रहे दुबारा तुहाडे कोले आवांगे सारे नूं सुन के जाना धन्नवाद जी वाहिगुरु जी का खालसा वाहिगुरु जी की फतेह बोले सो निहाल।